ਦਿੱਲੀ ਵੱਲੋਂ ਆਉਂਦੇ ਆਉਂਦੇ ਦਰਾਹੇ ਨਾ ਮਕਡੋਨਲਡ ਨਾਲ ਕੋਲੇ ਬ੍ਰੇਕ ਮਾਰਨੇ ਨਾ ਭੁੱਲਿਓ ਜੇ ਭੁੱਖ ਲੱਗੀ ਹੋਵੇ ਨਾ ਤੇ ਮਗਰਲੇ ਪਾਸੇ ਮਕਡੋਨਲਡ ਦੇ ਇੱਕ ਟਾਬਾ ਏ ਲਵ ਪੰਜਾਬ ਟਾਬਾ ਇਹ ਪਿੱਛੇ ਜੇ ਜ਼ਰੂਰ ਆ ਪਰ ਫੇਮਸ ਬਹੁਤ ਆ ਮੰਨ ਲਓ ਇੱਥੇ ਫੈਮਲੀਆਂ ਪੁੱਜਦੀਆਂ ਖਾਣਾ ਖਾਂਦੀਆਂ ਜਦੋਂ ਮੈਂ ਤੁਹਾਨੂੰ ਇਸ ਢਾਬੇ ਦੇ ਅੰਦਰ ਲੈ ਕੇ ਜਾਣਾ ਨਾ ਹੁਣ ਤੁਹਾਨੂੰ ਇਹ ਗੱਲ ਆਪੇ ਸਮਝ ਆ ਜਾਣੀ ਹੈ ਵੀ ਫੈਮਲੀਆਂ ਦਾ ਇੰਨਾ ਇਹ ਚਹੇਤਾ ਢਾਬਾ ਕਿਵੇਂ ਬਣ ਗਿਆ ਆਜੋ ਤੁਹਾਨੂੰ ਮੈਂ ਲੈ ਕੇ ਚੱਲਦਾ ਇਸ ਢਾਬੇ ਦੇ ਅੰਦਰ ਜੇ ਤੁਸੀਂ ਢਾਬੇ ਦੇ ਸਾਹਮਣੇ ਆਉਂਗੇ ਨਾ ਤਾਂ ਤੁਹਾਨੂੰ ਇਹ ਬਹੁਤ ਪਿਆਰਾ ਜਿਹਾ ਮਾਹੌਲ ਮਿਲੇਗਾ ਅੰਦਰ ਜਾਓਗੇ ਤਾਂ ਇਹ ਮਾਹੌਲ ਹੋਰ ਵੀ ਪਿਆਰਾ ਹੋ ਜਾਊਗਾ ਸੱਜਣੋ ਆ ਦੇਖੋ ਬਹੁਤ ਖੁੱਲੀ ਜਗ੍ਹਾ ਬਹੁਤ ਸੋਹਣੀ ਜਗ੍ਹਾ ਬਹੁਤ ਸ਼ਾਨਦਾਰ ਜਗ੍ਹਾ ਤੇ ਇੱਥੇ ਤੁਹਾਨੂੰ ਮਿਲੇਗਾ ਤੁਹਾਡੀ ਪਸੰਦੀਦਾ ਬਹੁਤ ਕੁਆਲਟੀ ਵਾਲਾ ਬਹੁਤ ਸਫਾਈ ਵਾਲਾ ਖਾਣਾ ਇੱਕ ਤਾਂ ਇਹਦੇ ਇਹਨਾਂ ਕੋਲੇ ਇੱਕ ਸਪੈਸ਼ਲ ਲੱਬ ਪੰਜਾਬ ਥਾਲੀ ਹੈ ਤੁਸੀਂ ਲੱਬ ਪੰਜਾਬ ਥਾਲੀ ਆਰਡਰ ਕਰੋਗੇ ਨਾ ਉਹ ਕੁਆਂਟੀਟੀ ਦੇ ਵਿੱਚ ਵੀ ਬਹੁਤ ਹੋਊਗੀ ਤੇ ਕੁਆਲਿਟੀ ਦੇ ਵਿੱਚ ਵੀ ਬਹੁਤ ਹੋਊਗੀ ਤੇ ਤੁਹਾਡੇ ਰੇਟ ਦੇ ਵਿੱਚ ਵੀ ਬਹੁਤ ਹੋਊਗੀ ਪਰ ਹਾਂ ਕੱਲੀ ਲਾ ਪੰਜਾਬ ਥਾਲੀ ਨਹੀਂ ਇਥੋਂ ਦੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸੱਜਣੂ ਬਹੁਤ ਜ਼ਿਆਦਾ ਫੇਮਸ ਆ ਇੱਥੇ ਲੋਕ ਬਹੁਤ ਦੂਰੋਂ ਦੂਰੋਂ ਖਾਣ ਆਉਂਦੇ ਆ ਬਹੁਤ ਸਾਰੇ ਸੱਜਣਾ ਜਿਹੜੇ ਮੈਨੂੰ ਪਿਆਰ ਕਰਨ ਵਾਲਿਆ ਮੈਨੂੰ ਉੱਥੇ ਟੱਕਰੇ ਜਿਹੜੇ ਕੋਈ 20 ਕਿਲੋਮੀਟਰ ਤੋਂ ਆਇਆ ਸੀ ਕੋਈ 30 ਕਿਲੋਮੀਟਰ ਤੋਂ ਆਇਆ ਸੀ ਸਪੈਸ਼ਲ ਫੈਮਲੀਆਂ ਖਾਣਾ ਖਾਣ ਘਰੋਂ ਚੱਲ ਕੇ ਆਉਂਦੀਆਂ ਤੇ ਖਾਣਾ ਖਾ ਕੇ ਘਰੇ ਵਾਪਸ ਆਉਂਦੀਆਂ ਇੱਥੋਂ ਦੀ ਤੁਸੀਂ ਬेटर ਸਰਵਿਸ ਦੇਖੋਗੇ ਸਰਵਿਸ ਫਾਸਟ ਬਹੁਤ ਆ ਤੁਹਾਨੂੰ ਇੰਤਜ਼ਾਰ ਬਹੁਤ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਊਗਾ ਖਾਣੇ ਲਈ ਤੁਹਾਨੂੰ ਬਹੁਤ ਜਲਦੀ ਤੁਹਾਡੇ ਖਾਣੇ ਦਾ ਇੰਤਜ਼ਾਰ ਖਤਮ ਹੋ ਜਾਂਦਾ ਤੇ ਤੁਹਾਡੇ ਸਾਹਮਣੇ ਤੁਹਾਡਾ ਪਸੰਦੀਦਾ ਖਾਣਾ ਜਿਹੜਾ ਉਹ ਸਜ ਕੇ ਹਾਜ਼ਰ ਹੋ ਜਾਂਦਾ ਸਜ ਨੂੰ ਤੇ ਇਥੋਂ ਦਾ ਸਟਾਫ ਆ ਜਿਹੜਾ ਉਹ ਬਹੁਤ ਪਿਆਰ ਨਾਲ ਤੁਹਾਡੇ ਨਾਲ ਸਤਿਕਾਰ ਨਾਲ ਇੱਜ਼ਤ ਨਾਲ ਗੱਲ ਕਰਦਾ ਹੈ ਮੈਨੇਜਰ ਸਾਹਿਬ ਨਾਲ ਤੁਹਾਡੀ ਗੱਲ ਵੀ ਕਰਾ ਦਿਆਂਗੇ ਆਪਾਂ ਇੱਕ ਵੀਡੀਓ ਮੈਂ ਹੋਰ ਪਾਉਂਗਾ ਜਿੱਥੇ ਉਹ ਤੁਹਾਨੂੰ ਸਾਰਾ ਕੁਝ ਡਿਟੇਲ ਆ ਜਿਹੜੀ ਉਹ ਖੁੱਲ ਕੇ ਦੱਸ ਦੇਣਗੇ ਲਾ ਪਜਾ ਪਜਾ ਢਾਬੇ ਦਾ ਜਿਹੜਾ ਇੰਸਟਾਗ੍ਰam ਤੇ ਪੇਜ ਵੀ ਆ ਤੁਸੀਂ ਉਹਨੂੰ ਵੀ ਫਾਲੋ ਕਰ ਸਕਦੇ ਆ ਉੱਥੇ ਤੁਸੀਂ ਦੇਖ ਸਕਦੇ ਆ ਤੇ ਆ ਅਸੀਂ ਵੀ ਫਿਰ ਉੱਥੇ ਗਏ ਸਵਾਸੂਦ ਚੱਖਿਆ ਹਰ ਇੱਕ ਚੀਜ਼ ਦਾ ਮਸ਼ਰੂਮ ਬਹੁਤ ਕਮਾਲ ਮੈਨੂੰ ਮਸ਼ਰੂਮ ਜਿਹੜੇ ਸਪੈਸ਼ਲੀ ਐਨੇ ਸਵਾਦ ਲੱਗੇ ਨਾ ਇੱਥੇ ਟੇਸਟ ਤਾਂ ਹਰ ਇੱਕ ਚੀਜ਼ ਦਾ ਬਹੁਤ ਕਮਾਲ ਸੀਗਾ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦਾ ਬਹੁਤ ਕਮਾਲ ਟੇਸਟ ਸੀਗਾ। ਮਤਲਬ ਉਹ ਟੇਸਟ ਸੀਗਾ ਵੀ ਜਿਹੜਾ ਤੁਸੀਂ ਮੇਰੇ ਕਹਿ ਤੇ ਇਸ ਢਾਬੇ ਤੇ ਜਾ ਕੇ ਖਾ ਕੇ ਉਸ ਤੋਂ ਬਾਅਦ ਥੱਲੇ ਕਮੈਂਟ ਕਰਨ ਵਾਲਾ ਟੇਸਟ ਸੀਗਾ। ਕਿ ਉਸ ਤੋਂ ਬਾਅਦ ਤੁਸੀਂ ਟੇਸਟ ਟੇਸਟ ਲਈ ਕਮੈਂਟ ਜ਼ਰੂਰ ਕਰੋ। ਤੇ ਨਾਲ ਦੀ ਨਾਲ ਸਜਣੋਂ ਮਾਹੌਲ ਬੜਾ ਚੰਗਾ। ਇੱਥੇ ਐਵੇਂ ਨਹੀਂ ਨਾਲ ਬੱਚਿਆਂ ਦੇ ਖੇਡਣ ਖੂਡਣ ਨੂੰ ਕਾਰਾਕੂਰਾ ਦਾ ਵੀ ਪ੍ਰਬੰਧ ਹੈਗਾ। ਉੱਥੇ ਘੋੜੀ ਵੀ ਤੁਰੀ ਫਿਰਦੀ ਸੀ ਇੱਕ ਇੱਕ ਉੱਥੇ ਬੋਤਾ ਵੀ ਫਿਰਦਾ ਸੀ ਮਤਲਬ ਕੁੱਲ ਮਿਲਾ ਕੇ ਜਿਹੜਾ ਮਾਹੌਲ ਸੀ ਕੰਨ ਉਹ ਬਹੁਤ ਪਿਆਰਾ ਸੀਗਾ ਦਰਾਹੇ ਦੇ ਵਿੱਚ ਏਟਾ ਬਾਏ ਸੱਜਣੋ ਮੱਕਡੋਨਲ ਦੇ ਪਿਛਲੇ ਪਾਸੇ ਆ ਲਵ ਪੰਜਾਬ ਢਾਬਾ ਜੇ ਤੁਸੀਂ ਦਰਾਹੇ ਜਾਓ ਤੇ ਤੁਹਾਨੂੰ ਭੁੱਖ ਲੱਗੀ ਆ ਤੇ ਤੁਸੀਂ ਭੁੱਲਿਓ ਨਾ ਲਵ ਪੰਜਾਬ ਢਾਬਾ ਸੱਜਣੋ ਤੇ ਨਾਲ ਦੀ ਨਾਲ ਨਾ ਕੱਲਾ ਟਾਪਾ ਹੀ ਨਹੀਂ ਇਹਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਤੁਹਾਨੂੰ ਮਾਹੌਲ ਜੇ ਤੁਸੀਂ ਕੌਫੀ-ਕੌਫੀ ਪੀਣੀ ਆ ਚਾਹ ਚੂ ਪੀਣੀ ਆ ਜਾਂ ਤੁਸੀਂ ਕੋਈ ਫਾਸਟ ਫੂਡ ਖਾਣਾ ਤਾਂ ਤੁਹਾਨੂੰ ਬਿਲਕੁਲ ਸਾਹਮਣੇ ਜਿਹੜੀ ਆ ਦੁਕਾਨਾਂ ਬਣੀਆਂ ਹੋਈਆਂ ਨਾ ਇਹ ਵੀ ਸਜਣੋਂ ਇਹਨਾਂ ਮਾਲਕਾਂ ਦੀਆਂ ਹੀ ਬਣੀਆਂ ਹੋਈਆਂ ਮੈਨੇਜਰ ਸਾਹਿਬ ਤੁਹਾਨੂੰ ਅੰਦਰ ਲੈ ਕੇ ਚੱਲੇ ਆ ਇੱਧਰ ਵੀ ਅੰਦਰਲਾ ਮਾੜਾ ਜਾਂ ਤੁਹਾਨੂੰ ਮਾਹੌਲ ਦਿਖਾ ਦਈਏ ਬਈ ਤੁਹਾਡੇ ਚੁਆਇਸ ਦਾ ਤੁਹਾਨੂੰ ਭੁੱਖ ਲੱਗੀ ਆ ਜਾਂ ਕੋਈ ਖਾਣਾ ਖਾਣ ਦਾ ਤੁਹਾਨੂੰ ਸ਼ੌਂਕ ਹੈ ਕਿ ਆਪਾਂ ਯਾਰ ਫਲਾਨਾ ਖਾਣਾ ਖਾਣਾ ਜਾਂ ਫਲਾਨੀ ਚਾਹ ਪੀਣੀ ਹੈ ਤੇ ਸੱਜਣੋ ਭੁੱਲਿਓ ਨਾ ਦਰਾਹੇ ਜਾਓ ਜਦੋਂ ਤੁਸੀਂ ਲਾ ਪੰਜਾਬ ਟਾਬੇ ਤੇ ਤੁਸੀਂ ਗੇੜਾ ਜ਼ਰੂਰ ਮਾਰਨਾ ਤੇ ਫੀਡਬੈਕ ਵੀ ਜ਼ਰੂਰ ਦੇਣਾ ਸੱਜਣੋ ਕਿ ਉੱਥੇ ਜਾ ਕੇ ਤੁਹਾਨੂੰ ਮਾਹੌਲ ਕਿਵੇਂ ਲੱਗਿਆ ਤੇ ਜੇ ਤੁਹਾਨੂੰ ਮਾਹੌਲ ਲੱਗਿਆ ਚੰਗਾ ਤਾਂ ਸੋਹਣੋ ਸੱਜਣੋ ਤੁਸੀਂ ਕਿਸੇ ਹੋਰ ਸੱਜਣ ਨੂੰ ਵੀ ਕਹਿ ਦਿਓ ਕਿ ਭਾਈ ਉੱਥੇ ਜਾਈ ਉਹ ਆਪਣੇ ਯਾਰਾਂ ਦਾ ਟੱਪਾ ਲੱਪਜਾ ਵਾਲਿਆਂ ਦਾ ਠੀਕ ਹੈ ਕਿ ਨਹੀਂ ਭਾਈ ਜਿਉਂਦੇ ਬਸਦੇ ਰਹੋ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਵੀਡੀਓ ਦੇਖਦੇ ਆਂ ਸ਼ੇਅਰ ਕਰਦੇ ਆਂ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਜਿਉਂਦੇ ਰਹੋ ਮੰਨ ਲਓ ਜਿਉਂਦੇ ਰਹੋ